बिस्मिल्लाहिर्रहमानिर्रहीम, अस्सलाम वालेकुम। कैसे कैसे हैं मेरे बहन भाई? उम्मीद करते हैं तो मेरे बहन भाई सब खुश होंगे, आबाद होंगे। अल्लाह ताला मेरे बहन भाई खुश रखे, आबाद रखे। इससे पहले से दुआ दे नाल आज दे मिलाद दा कर दिया। जिन्हें मेरे बहन भाई ने इसकी माफी चैनल दा सब्सक्राइब नहीं किया तो प्लीज़ सब्सक्राइब कर लो, बैल का बटन प्रेस कर लो ताकि आने वाली वीडियो पर मुक्ति मेरे बहन भाई अभी जब पहुँचे। ਬਾਕੀ ਮੇਰੇ ਭੈਣ ਭਾਈ ਵੀਡੀਓ ਦੇ ਨਾਲ ਜੁੜ ਰਹੀ ਹੈ, ਵੀਡੀਓ ਦਾ ਬਾਕੀ ਜਿਹੜਾ ਵੀ ਸੀਨ ਹੋਇਆ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰ ਦਿਓ। ਅਸੀਂ ਆਏ ਹਾਂ ਸਕੂਲ 'ਚ, ਜਾਨੀ ਕਿ ਸਕੂਲ ਟੀਚਰ ਨਾ ਸਾਹ ਕੋਈ ਬਜ਼ੁਰਗ ਬੰਦਾ ਦਮ ਕਰਦਾ ਬਵਾਸੀਰ ਦਾ, ਅਤੇ ਮੈਂ ਬਵਾਸੀਰ ਦਾ ਦਮ ਕਰਾਉਣ ਆਈ ਅਤੇ ਬੱਚੇ ਸਕੂਲ ਪੜ੍ਹਦੇ, ਜਾਨੀ ਕਿ ਸਕੂਲ ਆ ਬਹੁਤ ਵੱਡਾ ਅਤੇ ਉਸਤਾਦ ਕਲਾਸ 'ਚ ਮਸਰੂਫ ਆ ਅਤੇ ਦਮ ਕਰਾਉਂਦੇ, ਅਤੇ ਫਿਰ ਆਪਣੇ ਭੈਣ ਭਾਈਆਂ ਨੇ ਜਿਹੜਾ ਵੀ ਹੋਰ ਵੀਡੀਓ ਦਾ ਸੀਨ ਹੋਇਆ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਨਾਲ ਸ਼ੇਅਰ ਕਰਦੇ ਰਹਾਂਗੇ। ਬਹੁਤ ਵੱਡਾ ਸਕੂਲ ਆ ਮਾਸ਼ਾਅੱਲਾ। ਸਾਮੀਆ ਬੇਟੀ ਵੀ ਮੇਰੇ ਨਾਲ ਆਈ, ਮੈਂ ਅਤੇ ਸਲੀਮ ਸਾਜਿਦ ਭਾਈ ਸਾਰੇ ਆਏ। ਸਾਮੀਆ ਹੀਰਾ ਇੱਧਰ ਆ ਜਾਓ ਬੇਟੇ, ਇੱਧਰ ਆ ਜਾਓ। ਸਾਮੀਆ ਹੀਰਾ ਆ ਲਿਆ, ਦਮ ਕਰਾਉਣ ਆਈ ਸੀ ਬਾਬਾ ਸੀਰ ਦਾ, ਅਤੇ ਸਕੂਲ ਵਾਲਾ ਸਾਧ ਜਿਹਨਾਂ ਕਿ ਮਾਸਟਰ ਸਕੂਲ ਵਾਲਾ, ਅਤੇ ਆ ਗਏ ਸੀ ਬਜ਼ੁਰਗ ਬੰਦੇ ਬਾਬਾ ਜੀ, ਅਤੇ ਉਹਨਾਂ ਨੇ ਦਮ ਕੀਤਾ ਕਿ ਇਹਨੇ ਬੇਟੀ ਇਨਸ਼ਾਅੱਲਾ 5 ਤਵੀਤ ਦਿੱਤੇ ਪੀਣ ਵਾਸਤੇ, ਇਨਸ਼ਾਅੱਲਾ ਬੇਟਾ ਆਰਾਮ ਆ ਜੂਗਾ ਬਾਬਾ ਸੀਰ ਦਾ, ਅਤੇ ਬਾਕੀ ਘਰ ਦੇ ਘਰੇਲੂ ਟੁੱਟ ਕੇ ਵੀ ਜਿਹੜੇ ਨੁਸਖੇ ਉਹ ਵੀ ਘਰ 'ਚ ਪਈ, ਇਨਸ਼ਾਅੱਲਾ ਅੱਲਾਹ ਤਾਲਾ ਛਪਾ ਦਊਗਾ। ਅਤੇ ਸਾਮੀਆ ਬੇਟੀ ਹੁਣ ਬਹੁਤ ਕਾਹਲੀ ਪਈ, ਇਹਨੂੰ ਭੁੱਖ ਵੀ ਲੱਗ ਗਈ ਅਤੇ ਪਿਆਸ ਵੀ ਲੱਗੀ, ਪਾਣੀ 'ਚ ਇੱਥੇ ਦੁੱਧ ਆਪਾਂ ਪਿਲਾਇਆ, ਅਤੇ ਬਸ ਉਹ ਕਹਿ ਰਹੀ ਮੰਮਾ ਕੁਛ ਖਾਣ ਨੂੰ ਕੋਈ ਸ਼ਾਇਦ ਨਹੀਂ ਸੀ, ਜਿਵੇਂ ਕਿ ਸਕੂਲ ਆ ਇੱਥੇ ਕੀ ਹੋਣੀ ਚੀਜ਼ ਕੋਈ ਖਾਣ। ਅਤੇ ਮੈਂ ਕਿਹਾ ਬੇਟਾ ਬਾਹਰ ਜਾਂਦੇ ਬਾਹਰ, ਫਿਰ ਚਾਚੂ ਨੂੰ ਕਹਿੰਦੇ ਕੋਈ ਚੀਜ਼ ਸਾਨੂੰ ਲੈ ਦਿੰਦਾ ਖਾਣ ਵਾਸਤੇ। ਅਤੇ ਸਾਮੀਆ ਬੇਟੀ ਮੇਰੇ ਨਾਲ ਆ ਰਹੀ, ਸਾਮੀਆ ਆ ਜਾਓ ਬੇਟਾ, ਬਾਹਰੋਂ ਚੀਜ਼ੀ ਚਾਚੂ ਨੂੰ ਕਹਿੰਦੇ ਲੈ ਕੇ ਦਿੰਦਾ, ਠੀਕ ਹੈ। ਅਤੇ ਸਕੂਲ ਵੀ ਮਾਸ਼ਾਅੱਲਾ ਦੇ ਸਕਦੇ ਬਹੁਤ ਵੱਡਾ ਅਤੇ ਬਹੁਤ ਪਿਆਰਾ ਸਕੂਲ ਮਾਸ਼ਾਅੱਲਾ ਸਕੂਲ, ਅਤੇ ਟੀਚਰ ਨੇ ਸਜਾ ਦਿੱਤੀ ਬੱਚੇ ਨੂੰ, ਅਤੇ ਨਾਲ ਚਾਚੀ ਸੱਸ ਆਈ ਉਹ ਬਹੁਤ ਪਰੇਸ਼ਾਨ ਹੋ ਗਈ, ਅਤੇ ਤਸਲੀਮ ਅਤੇ ਚਾਚੀ ਸੱਸ ਉਹ ਕਹਿ ਰਹੀਆਂ ਨਹੀਂ ਹੁੰਦਾ ਧੁੱਪੇ ਬੱਚਾ ਕਿਵੇਂ ਵਿਚਾਰਾ ਪਰੇਸ਼ਾਨ ਹੁੰਦਾ ਦੇਖੋ। ਅਤੇ ਟੀਚਰਾਂ ਨੇ ਠੀਕ ਹੈ ਸਜਾ ਬੱਚਿਆਂ ਨੂੰ ਦੇਵੇ ਬੰਦਾ, ਅਤੇ ਇੰਨਾ ਵੀ ਜ਼ੁਲਮ ਨਹੀਂ, ਅੱਛਾ ਬੱਚਾ ਵਾ, ਧੁੱਪ ਆ ਬਹੁਤ ਜ਼ਿਆਦੀ ਅਤੇ ਬਹੁਤ ਮੁਸ਼ਕਿਲ ਬੱਚਾ ਦੇਖੋ, ਕਦੇ ਇੱਧਰ ਪੈਰ ਚੱਕਦਾ ਕਦੇ ਉਹ ਚੱਕਦਾ, ਤੁਸੀਂ ਅੰਦਰ ਸਜਾ ਦੇ ਦਿਓ ਚਲੋ ਸ਼ਾਂਤ ਹੋਵੇ ਨਾ। ਅਤੇ ਜਿਹਦਾ ਇੱਥੇ ਮਾਂ ਹੋਵੇ ਤਾਂ ਮਾਂ ਵੇਖਿਓ ਮੈਂ ਤੜਫ ਜਾਵੇ, ਮਾਂ ਬੱਚੇ ਦੀ ਬੱਚੇ ਗਲਤੀਆਂ ਕਰਦੇ, ਅਤੇ ਇੰਨੀ ਵੀ ਸਜ਼ਾ ਅੱਛੀ ਨਹੀਂ ਗੀ ਹੈਗੀ, ਕਦੀ ਵਿਚਾਰਾ ਖੜਾ ਹੋ ਜਾਂਦਾ ਕਦੀ ਨੀਵਾਂ ਹੋ ਜਾਂਦਾ। ਧੁੱਪੇ ਸਜ਼ਾ ਦਿੱਤੀ ਵੀ ਚਲੋ ਅੰਦਰ ਕਮਰੇ 'ਚ ਦੇ ਲਓ, ਚਲੋ ਅੰਦਰ ਕਮਰਾ ਤਾਂ ਹੈ ਨਾ ਸ਼ਾਂਤ ਹੈ, ਚਾਚੀ ਸੱਸ ਕੋ ਦੇਖਿਆ ਨਹੀਂ ਗਿਆ, ਕਹਿੰਦੀ ਮੈਂ ਕਹਿ ਕੇ ਵੀ ਨਹੀਂ, ਮੈਂ ਕਿਹਾ ਤੁਸੀਂ ਜਾਓ ਚਾਚੀ ਕਹਿ ਕਿਉਂ, ਨਹੀਂ ਤਾਂ ਮੈਂ ਜਾਂਦੀ। ਅਤੇ ਬਾਕੀ ਮਾਸ਼ਾਅੱਲਾ ਦੇ ਸਕਦੇ ਸਕੂਲ ਬਹੁਤ ਵੱਡਾ ਸਕੂਲ ਆ, ਬਹੁਤ ਪਿਆਰਾ ਵਾ, ਅਤੇ ਮੈਂ ਆਪਣੇ ਭੈਣ ਭਾਈਆਂ ਨੇ ਵੀ ਸ਼ੇਅਰ ਕਰ ਦਿੰਦੀ, ਅਤੇ ਕੋਸ਼ਿਸ਼ ਕਰਦੀ ਘਰ ਜਦੋਂ ਨਹੀਂ ਕਿਤੇ ਜਾਂਦੀ, ਅਤੇ ਨਹੀਂ ਵੀ ਬੱਚੇ ਆ ਛੋਟੇ ਛੋਟੇ
ਨਾਲ ਕੋਈ ਜਾਣ ਵਾਲਾ ਸਹਾਰਾ ਹੈ ਨਹੀਂ, ਬੇਟਾ ਬਹੁਤ ਛੋਟਾ ਸ਼ੋਰ ਨਹੀਂ ਅਤੇ ਇਸ ਵਾਸਤੇ ਨਹੀਂ ਬਾਹਰ ਜਾਂਦੀ ਅਤੇ ਵਲਾਕ ਬਾਹਰ ਦਾ ਕਦੀ ਨਹੀਂ ਬਣਾਇਆ। ਜੇ ਕਿਤੇ ਆਉਣਾ ਕੋਈ ਕੰਮ ਮਤਬਲ ਅਤੇ ਫਿਰ ਕੋਈ ਮੌਕਾ ਨਹੀਂ ਜਾਣ ਦਿੰਦੀ ਆਪਣੇ ਭੈਣ ਭਾਈਆਂ ਨਾਲ ਅੱਛਾ ਤੋਂ ਅੱਛਾ ਵਲਾਕ ਸ਼ੇਅਰ ਕਰਦੀ। ਅਤੇ ਉਮੀਦ ਕਰਦੀ ਮੇਰੇ ਭੈਣ ਭਾਈ ਮੇਰਾ ਅੱਛਾ ਵਲਾਕ ਵੀ ਦੇਖਣਗੇ, ਥੋੜ੍ਹਾ ਜਿਹਾ ਗੁਜ਼ਾਰੇ ਲੈ ਕੇ ਜਿਹੜਾ ਬਣਾਉਂਦੀ ਘਰ ਦਾ ਫੈਮਿਲੀ ਦਾ ਉਹ ਵੀ ਦੇਖਣਗੇ, ਦੇਖਦੇ ਆ ਮੈਨੂੰ ਸਪੋਰਟ ਵੀ ਕਰਦੇ। ਬਹੁਤ ਸ਼ੁਕਰੀਆ ਮੇਰੇ ਭੈਣ ਭਾਈਆਂ ਦਾ, ਬਹੁਤ ਸ਼ੁਕਰ ਗੁਜ਼ਾਰ ਆਪਣੇ ਭੈਣ ਭਾਈਆਂ ਦੀ, ਮੈਨੂੰ ਸਪੋਰਟ ਕਰਦੇ ਅਤੇ ਦੇਖਦੇ ਜਿੰਦਾ ਦਾ ਵੀ ਬਲਾਕ ਬਣਾਵਾਂ। ਅਤੇ ਮਾਸ਼ਾਅੱਲਾ ਬਹੁਤ ਵੱਡਾ ਸਕੂਲ ਆ, ਬਹੁਤ ਪਿਆਰਾ ਵੀ ਆ, ਆ ਪਾਰਕ ਬਣਿਆ ਛੋਟਾ ਜਿਹਾ। ਸਾਮੀਆਂ ਬੇਟੇ, ਸਾਮੀਆਂ ਆਜੋ ਬੇਟਾ, ਸਾਮੀਆਂ ਫੁੱਲਾਂ ਫੁੱਲ ਲੱਗ ਪਈ ਤੋੜਨ। ਬੇਟਾ ਆਜੋ ਆਜੋ, ਬਸ ਚੱਲੇ ਦਮ ਕਰਾ ਕੇ, ਚੱਲੀਏ ਘਰ ਹੁਣ, ਦਮ ਕਰਾ ਲਿਆ ਵਾ, ਚੱਲੀਏ। ਚਾਚੂ ਦਾ ਫੋਨ ਆ ਗਿਆ 2 ਵਾਰੀ, ਆਜੋ ਚੱਲੀਏ। ਫੁੱਲ ਨਾ ਤੋੜੋ ਬੇਟਾ, ਨਾ ਤੋੜੋ, ਇੰਨੇ ਪਾਰੇ ਫੁੱਲ ਆ। ਸਾਮੀਆਂ ਨੇ ਸ਼ੂਜ਼ ਵੀ ਫੁੱਲਾਂ ਨਾਲ ਦੇ ਪਾਏ ਹੋਏ, ਪਿੰਕ ਕਲਰ ਦੇ। ਅਤੇ ਕਹਿੰਦੀ ਨਹੀਂ ਬੇਟਾ ਘਰ, ਉਹ ਹਾਪੀਆਂ ਕੋਲੇ ਕਹਿੰਦੀ ਨਹੀਂ ਮੰਮਾ ਨਾਲ ਹੀ ਜਾਣਾ। ਚਲਾਓ ਬੇਟਾ ਆਜੋ, ਆ ਚੱਲੀਏ। ਸਾਮੀਆਂ ਆਜੋ, ਮੈਂ ਚੱਲੀ ਹਾਂ ਬੇਟੇ। ਸਾਮੀਆਂ ਮੈਂ ਚੱਲੀ ਹਾਂ ਬੇਟਾ, ਆਜੋ ਆਵੇ, ਅਸੀਂ ਚੱਲੇ ਫਿਰ। ਪੁੱਜੋ ਪੁੱਜੋ, ਕਰਾ ਕੇ ਆ ਗਈ। ਅਤੇ ਬੱਚੇ ਰੋਟੀ ਮੰਗਣ ਦੇ, ਅਤੇ ਚਾਚੀ ਸੱਸ ਨੇ ਮੇਰੀ ਨੇ ਨਾ ਬਣਾਇਆ ਸੀ ਉਦਣ ਪੀਜ਼ਾ, ਜਾਨੀ ਕਿ ਮਸਰ ਕੋਈ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਪਾ ਕੇ ਨਾ, ਅਤੇ ਉਹ ਸਾਨੂੰ ਚੈੱਕ ਕਰਾ ਕੇ ਤਾਂ ਉਹਨਾਂ ਭੈਣਾਂ ਨੂੰ ਦਿਖਾ ਦੀ ਬੇਟੀ ਉਦਣ ਦੀ ਪਿੱਛੇ ਹੋਈ। ਮੰਮਾ ਦਾਦੀ ਕੋਲੋਂ ਮੈਨੂੰ ਉਹਨਾਂ ਬਣਵਾ ਕੇ ਦਿਓ ਜਰਾ, ਪੀਜ਼ਾ ਬਣਵਾ ਕੇ ਦੇ ਦਾਦੀ ਕੋਲੋਂ। ਅਤੇ ਮੈਂ ਬਣਾਏ ਸੀ ਰਾਤ ਕੱਦੂ ਦਾਲ, ਅਤੇ ਹੁਣ ਚਾਚੀ ਆਈ ਹੈ, ਮੈਂ ਕਿਹਾ ਉਹਨੂੰ ਵਿਚਾਰੀ ਨੂੰ ਕੀ ਧੁੱਪੇ ਹੁਣ ਤੰਗ ਕਰਨਾ, ਅਤੇ ਮੈਂ ਕਿਹਾ ਦਾਦੀ ਨੂੰ ਕਿਉਂ ਤੰਗ ਕਰਨਾ ਬੇਟਾ, ਮੈਂ ਬਣਾ ਦਿੰਦੀ। ਦਾਦੀ ਨੂੰ ਕਿਹਾ ਮੈਨੂੰ ਇੱਕ ਬਣਾ ਕੇ ਦੇ ਜਾ ਪਰਾਂਠੇ, ਤਾਂ ਮੈਂ ਬਣਾ ਦਿੰਦੀ ਇਵੇਂ ਵਿੱਚ ਸਾਲਣ ਪਾ ਕੇ ਨਾ, ਆਟੇ 'ਚ ਵੀ ਗੁੰਨ ਕੇ ਅਤੇ ਵੈਸੇ ਵੀ ਪਰਾਂਠੇ ਵਿੱਚ ਪਾ ਕੇ। ਉਹ ਕਹਿੰਦੀਆਂ ਨਹੀਂ ਦਾਦੀ ਕੋਲੋਂ ਪੀਜ਼ਾ ਬਣਾਉਣਾ ਦਾਦੀ ਦੇ ਹੱਥਾਂ ਦਾ। ਮੈਂ ਕਿਹਾ ਬੇਟਾ ਮੈਂ ਵੀ ਉਦਾਂ ਦਾ ਹੀ ਬਣਾਊਂਗੀ, ਸਿਰਫ ਦਾਦੀ ਨੂੰ ਕਿਹਾ ਮੈਨੂੰ ਦੱਸ ਦੇਵੇ ਅਤੇ ਦਾਦੀ ਕਿਵੇਂ ਬਣਾਉਂਦੀ ਹੈ, ਜਾਨੀ ਕਿ ਅੰਡਾ ਬਾਕੀ ਤਾਂ ਮੈਨੂੰ ਪਤਾ ਸੀ ਚਾਚੀ ਨੇ ਇੱਦਾਂ ਪਾਇਆ ਹੋਣਾ, ਅੰਡੇ ਦਾ ਨਹੀਂ ਸੀ ਮੈਨੂੰ ਵੀ ਚਾਚੀ ਨੇ ਟਿੱਕੀ ਬਣਾ ਕੇ ਰੱਖਿਆ ਵਿੱਚ ਕੇ ਜਾ ਕਿੱਦਾਂ ਕੀਤਾ। ਜਾਨੀ ਕਿ ਉਦਣ 2 ਪਰਾਂਠੇ ਪੋਲੇ ਪੋਲੇ ਬਣਾ ਕੇ ਦੇ ਗਈ ਸੀ, ਅਤੇ ਸਵੇਰਾ ਬੇਟੀ ਨੂੰ ਬਹੁਤ ਜ਼ਿਆਦਾ ਹਾਦੀਆ ਬੇਟੀ ਨੂੰ ਪਸੰਦ ਆਇਆ ਮੇਰੇ ਉਦਣ ਦੀ, ਪਿੱਛੇ ਪਈ ਮੰਮਾ ਦਾਦੀ ਕੋਲੋਂ ਪਰਾਂਠਾ ਬਣਵਾ ਕੇ ਦੇ। ਅਤੇ ਅੰਡੇ ਚਾਚੀ ਨੇ ਪਾ ਲਏ ਵਿੱਚ, ਅਤੇ ਦਾਲ ਇਹਦੇ ਨਾਲ ਕਰ ਲਈ ਬਰੀਕ, ਕੱਦੂ ਦਾਲ ਸੀ ਇਹਦੇ ਨਾਲ ਮੈਂ ਬਰੀਕ ਕਰ ਦਿੱਤੀ, ਅਤੇ ਵਿੱਚ ਪਾਇਆ ਸਬਜ਼ ਮਿਰਚ, ਪਿਆਜ਼ ਥੋੜ੍ਹਾ ਜਿਹਾ ਬਰੀਕ ਕਰਕੇ ਮਸ਼ੀਨ ਨਾਲ ਪਿਆਜ਼ ਪਾਇਆ, ਮੈਂ ਇੱਕ ਸਬਜ਼ ਮਿਰਚ ਪਾਈ ਹੈ। ਅਤੇ ਉਹ ਸਵੇਰਾ ਆਦੀਆਂ ਨਹੀਂ ਕਹਿੰਦੀ ਮੰਮਾ ਦਾਦੀ ਕੋਲੋਂ ਪੀਜ਼ਾ ਬਣਵਾ ਕੇ ਦੇ, ਉਦਣ ਦੀ ਕਹਿੰਦੀ ਪੀਜ਼ਾ ਸਵੇਰਾ ਆਦੀ ਆ, ਕਹਿੰਦੀ ਦਾਦੀ ਕੋਲੋਂ ਬਣਵਾ ਕੇ ਦੇ, ਜਾਨੀ ਕਿ ਪਰਾਂਠੇ ਦਾਦੀ ਨੇ ਬਣਾਏ ਸੀ। ਅਤੇ ਚਾਚੀ ਕਹਿ ਰਹੀ ਤੇਰਾ ਬੇਟਾ ਮਸਾਲਾ ਜ਼ਿਆਦਾ ਵਾ, ਅਤੇ ਆਂਡੇ 2 ਆ, 1 ਆਂਡਾ ਹੋਰ ਮੰਗਵਾ, ਅਤੇ ਬੱਚੇ ਤੇਰੇ 5 ਆ, ਅਤੇ 1 ਆਂਡਾ ਹੋਰ ਮੰਗਵਾ ਲਾ। ਅਤੇ ਹਾਦੀਆ ਬੇਟੀ 1 ਆਂਡਾ ਹੋਰ ਲੈਣ ਗਈ ਆ, ਉਨੀ ਦੇਰ ਨੂੰ ਚਾਚੀ ਦੇ ਹੀ ਬਣਾਉਣ, ਚਾਚੀ ਕਰਨ ਦੇ ਪੇੜੇ। ਵੈਸੇ ਚਾਚੀ ਤੁਹਾਨੂੰ ਵਕਤ ਹੀ ਪਾ ਦਿੱਤਾ ਮੈਂ ਨਾ, ਹਾਂਜੀ ਸਵੇਰਾ ਆਦੀਆ ਬੇਟੀ ਉਦਣ ਦੀ ਕਹਿੰਦੀ ਮੰਮਾ ਦਾਦੀ ਨੇ ਇੰਨਾ ਸੋਹਣਾ ਪਰਾਂਠਾ ਬਣਾਇਆ, ਮੈਂ ਦਾਦੀ ਕੋਲੋਂ ਪਰਾਂਠਾ ਬਣਾ ਕੇ ਦੇਣਾ। ਮੈਂ ਕਿਹਾ ਬੇਟਾ ਉਹਨੂੰ ਆਪਾਂ ਕਰਕੇ ਦੇਣਾ ਕਿ ਉਹਦੇ ਕੋਲ ਕਰਵਾਉਣਾ, ਕਹਿੰਦੀ ਨਹੀਂ ਮੰਮਾ ਦਾਦੀ ਨੇ ਇੰਨਾ ਮਜ਼ੇ ਦਾ ਬਣਾਇਆ ਸੀ। ਮੈਂ ਕਿਹਾ ਮੈਂ ਬਣਾ ਦਿੰਦੀ, ਕਹਿੰਦੀ ਤੁਸੀਂ ਨਹੀਂ ਆਂਦਾ ਦਾ ਬਣਾਉਣਾ। ਮੈਂ ਕਿਹਾ ਚੱਲ ਚਾਚੀ ਨੂੰ ਸੱਦ ਲਿਆ, ਦਾਦੀ ਨੂੰ ਕਿਹਾ ਸਾਨੂੰ ਇੱਕ ਵਾਰੀ ਬਣਾ ਕੇ ਦੇ ਜਾ, ਮੰਮਾ ਵੇਖ ਲੂ ਕਿ ਕਿੱਦਾਂ ਬਣਾਉਣਾ ਵਾ, ਅਤੇ ਫਿਰ ਮੈਂ ਬਣਾ ਦੂੰਗੀ। ਜਾਨੀ ਕਿ ਵੈਸੇ ਤਾਂ ਚਾਚੀ ਮੈਂ ਸਾਲਣ ਪਾ ਦਿੰਦੀ ਆਟੇ ਵਿੱਚ ਵੀ ਗੁੰਨ ਕੇ, ਅਤੇ ਵੈਸੇ ਵੀ ਪਰਾਂਠੇ ਵਿੱਚ ਦਾਲ ਦੂਲ ਜਿਹੜਾ ਸਾਲਣ ਹੋਵੇ ਪਾ ਦੇ, ਇਹ ਵੱਖਰਾ ਹੁੰਦਾ। ਮੈਂ ਕਿਹਾ ਅੱਛਾ ਦਾਦੀ ਨੂੰ ਕਿਹਾ ਮੈਨੂੰ ਇੱਕ ਪਰਾਂਠਾ ਬਣਾ ਕੇ ਦੇ ਜਾ, ਫਿਰ ਮੈਂ ਤੁਹਾਨੂੰ ਬਣਾ ਦਿੰਦੀ। ਗਈ ਸੀ ਨਾ ਮੈਂ ਦਮ ਕਰਾਉਣ, ਤੇ ਚਾਚੀ ਵੀ ਮੇਰੇ ਨਾਲ ਹੀ ਗਈ ਸੀ, ਚਾਚੀ ਸਾਨੂੰ ਲੈ ਗਈ ਸੀ ਦਮ ਕਰਾ ਕੇ। ਹਾਂਜੀ, ਅਤੇ ਉਹ ਫਿਰ ਮੈਂ ਕਿਹਾ ਚਾਚੀ ਵੀ ਨਾਲ ਹੀ ਆਏ ਥੱਕੇ ਹੋਏ, ਅਤੇ ਮੈਂ ਕਿਹਾ ਚੱਲ ਇੱਕ ਬਣਾ ਦੇਣ, ਅਤੇ ਫਿਰ ਬਾਕੀ ਮੈਂ ਬੱਚਿਆਂ ਨੂੰ ਬਣਾ ਦਿੰਦੀ ਆਟਾ। ਚਾਚੀ ਵੀ ਰਿੱਝ ਦਾ ਸੁਬਹਾ ਗੁੰਨਿਆ ਸੀ ਨਾ, ਅਤੇ ਸੁਬਹਾ ਦਾ ਫਰਿੱਜ ਰੱਖਿਆ, ਇੱਕ ਤਾਂ ਮੱਖੀਆਂ ਬਹੁਤ ਜ਼ਿਆਦਾ ਤੰਗ ਕਰਦੀਆਂ, ਤਵਾ ਉੱਪਰ ਰੱਖ ਲਿਆ ਚਾਚੀ ਬਣਾਉਣ ਦੇ ਪੇੜੇ,
ਤੇ ਤਵਾ ਅੱਗੇ ਮੈਂ ਚਲਾ ਦਿੰਦੀ ਹਾਂ, ਹਲਕੀ ਆਂਚ ਤੇ ਤਵਾ ਗਰਮ ਹੋ ਜਾਊਗਾ ਤੇ ਸਵੇਰੇ ਆ ਜਾ ਦਾਦੀ ਨੂੰ ਵਕਤ ਪਾ ਕੇ ਹਟੀ ਵੀ ਹੈ ਨਾ। ਇੱਕ ਘੰਟਾ ਹੋਰ ਚਾਚੀ ਹੁਣ ਹੱਲ ਕਰਨਗੇ ਵਿੱਚ। ਚਲੋ ਮੈਂ ਅੱਜ ਦਾਦੀ ਦੇ ਹੱਥਾਂ ਦਾ ਦੇਖ ਲੈਂਦੀ ਹਾਂ ਦਾਦੀ ਕਿੱਦਾਂ ਬਣਾਉਂਦੀ ਹੈ। ਚਾਚੀ ਬਣਾਉਂਦੇ ਪਰਾਂਠਾ ਤੇ ਇੱਕ ਪਰਾਂਠਾ ਬਣਾਤਾ ਜਾਨੀ ਕਿ ਆ ਦੀਆ ਬੇਟੀ ਤੁਹਾਡਾ ਪੀਜ਼ਾ ਤਿਆਰ ਹੋ ਗਿਆ, ਹੁਣ ਖਾ ਕੇ ਦੱਸੋ ਦਾਦੀ ਨੇ ਕਿਸ ਤਰ੍ਹਾਂ ਬਣਾਇਆ, ਭੈਣ ਭਾਈਆਂ ਨੂੰ ਸ਼ੇਅਰ ਕਰੋ, ਆ ਦੀਆ ਖਾ ਕੇ ਦੱਸੋ। ਹਾਂ ਤਸਲੀਮ ਕਹਿ ਰਹੀ ਨਾਲ ਦਹੀਂ ਬਣਾ ਲੈਣੀ ਸੀ, ਬਸ ਮੰਗਵਾਈ ਨੀ ਦਹੀਂ। ਉਹ ਆਦੀਆ ਨਾ ਕਾਫੀ ਦਿਨਾਂ ਦੇ ਕਹਿਣ ਦਹੀਂ ਦਾਦੀ ਦੇ ਹੱਥਾਂ ਦਾ ਮੈਂ ਪਰਾਂਠਾ ਖਾਣਾ ਮੰਮਾ ਤੇ ਮੈਨੂੰ ਉਹ ਹੀ ਬਣਵਾ ਕੇ ਦੀ। ਚੱਲ ਖਾ ਚੱਕ ਕਰੋ, ਮੈਨੂੰ ਦੱਸੋ ਦਾਦੀ ਨੂੰ, ਫਿਰ ਦਾਦੀ ਦਾ ਦਿਲ ਖੁਸ਼ ਹੋਵੇ। ਇੱਕ ਚਾਚੀ ਨੇ ਬਣਾ ਦਿੱਤਾ ਜਾਨੀ ਕਿ ਆ ਦੱਸੋ ਪੀਜ਼ਾ ਵਾ ਇਹਨਾਂ ਦਾ। ਇੰਨਾ ਮਜ਼ੇਦਾਰ ਬਣਿਆ, ਸਵੇਰਾ ਤੁਸੀਂ ਵੀ ਦੱਸੋ ਲਾ ਹੁਣ ਮੇਰਾ ਬੇਟਾ ਖਾਓ, ਸਾਮੀਆਂ ਨੂੰ ਨਾਲ ਖਵਾਓ, ਹੋਰ ਲੈ ਲਿਓ ਸਾਮੀਆਂ ਨੂੰ ਵੀ ਖਵਾਓ ਨਾਲ, ਆ ਜਾ ਸਾਮੀਆਂ ਨੂੰ ਵੀ ਪਾਓ ਨਾਲ। ਤੇ ਚਾਚੀ ਨੇ ਇੱਕ ਵੇਲ ਪਰਾਂਠਾ ਉੱਤੇ ਪਾਤੀ ਰੋਟੀ, ਦੂਸਰੀ ਵੇਲਣ ਲੱਗੀ ਜਾਨੀ ਕਿ ਵੇਲਣਾ ਮਾਮਾ ਮੈਂ ਲਈ ਸੀ ਚੱਕਣਾ ਵੇਲਣਾ, ਸਵੇਰਾ ਜੀ ਖਵਾਇਆ ਸੀ ਮੰਮਾ ਮੈਨੂੰ ਲੈ ਕੇ ਦੇ, ਕਦੀ ਕਦੀ ਸਵੇਰਾ ਬੇਟੀ ਬਣਾ ਲੈਂਦੀ, ਪਰ ਨਵਾਂ ਨਵਾਂ ਬਣਾਇਆ ਫਿਰ ਮੈਂ ਬਣਾ ਨਹੀਂ ਦਿੰਦੀ ਕਿਉਂਕਿ ਟਾਈਮ ਹੀ ਨਹੀਂ ਹੁੰਦਾ, ਸਕੂਲ ਚੱਲ ਜਾਂਦੀਆਂ ਮਸਜਿਦ ਚੱਲ ਜਾਂਦੀਆਂ, ਟਾਈਮ ਹੀ ਨਹੀਂ ਹੁੰਦਾ, ਮੈਂ ਖੁਦ ਹੀ ਬਣਾ ਲੈਂਦੀ। ਅੱਛਾ ਜੀ ਦੇਖੋ ਦਾਦੀ ਚਾਚੀ ਇੱਦਾਂ ਬਣਾਉਂਦੇ ਹੀ ਪਰਾਂਠੇ, ਘਿਓ ਲਾ ਕੇ ਰੋਟੀ ਨੂੰ ਉੱਪਰ ਜਿਹੜਾ ਜਿਹੜਾ ਮਸਾਲਾ ਬਣਾਇਆ ਐਵੇਂ ਉੱਪਰ ਲਾਉਂਦੀ, ਵਿੱਚ ਆਂਡੇ 3 ਫੈਂਟੇ ਵੇ, ਸਿਆਣੇ ਬੰਦੇ ਦੀ ਰੌਣਕ ਹੁੰਦੀ ਹੈ ਤੇ ਅੱਲਾ ਸਾਰਾ ਸਲਾਮਤ ਰੱਖੇ ਚਾਚੀ ਨੂੰ, ਸਾਡੀ ਆਪਣੀ ਸੱਸ ਤੇ ਬਹੁਤ ਹੋ ਗਈ, ਅੱਲਾ ਜੰਨਤ ਦੀ ਜਗ੍ਹਾ ਦੇਵੇ ਚਾਚੀ ਨੂੰ ਵੀ, ਸੱਸ ਆ ਸਾਡੀ ਚਾਚੀ, ਅੱਲਾ ਤਾਲਾ ਇਹਨੂੰ ਸਲਾਮਤ ਰੱਖੇ, ਦੁੱਖ ਸੁੱਖ ਚ ਵਾਧੇ ਘਾਟੇ ਚ ਖੁਸ਼ੀ ਗਮੀ ਚ ਸਾਡੇ ਕੰਮ ਆਉਂਦੇ, ਮਾਸ਼ਾਅੱਲਾ ਨਾਲ ਹੀ ਆ। ਤੇ ਚਾਚੀ ਕਹਿ ਰਹੇ ਸੀ ਅਸੀਂ ਇਹਨਾਂ ਆਪਣੀ ਜਗ੍ਹਾ ਵੇਚਣੀ ਆ, ਜਾਨੀ ਕਿ ਹੋਰ ਪਾਸੇ ਲੈਣੀ ਹੈ ਕੋਈ ਕਾਰੋਬਾਰ ਕਰਨਾ, ਤੇ ਮੈਂ ਕਿਹਾ ਚਾਚੀ ਨਾ ਜਾਈ, ਉਹ ਤੁਹਾਡੇ ਤੋਂ ਬਗੈਰ ਸਾਡਾ ਗੁਜ਼ਾਰਾ ਕੋਈ ਨਹੀਂ। ਚਲੋ ਮੇਰੇ ਵਗਰੀ ਵੀ ਬੇਸਹਾਰਾ, ਚਲੋ ਬੰਦਾ ਨਹੀਂ ਸਿਰ ਤੇ ਹੈਗਾ, ਲੈ ਕੇ ਚਾਚੀ ਨੂੰ ਕਿਤੇ ਚਲ ਜਾਂਦੀ, 100 ਚੀਜ਼ ਅੱਡੇ ਤੇ ਗਈ, ਕੋਈ ਚੀਜ਼ ਕੰਮ ਚੱਲ ਗਈ, ਸ਼ੋਪਿੰਗ ਕਰਨ ਚੱਲ ਗਈ ਅੱਗੇ ਪਿੱਛੇ, ਵੈਸੇ ਅਸੀਂ ਦੋਨੇ ਭੈਣਾਂ ਵੀ ਚੱਲ ਜਾਈਦਾ, ਫਿਰ ਵੀ ਕਿਸੇ ਟਾਈਮ ਸਿਆਣਾ ਬੰਦਾ ਸਿਆਣਾ ਹੀ ਹੁੰਦਾ, ਕਿਤੇ ਲਿਜਾਣਾ ਪੈਂਦਾ ਤੇ ਫਿਰ ਬੰਦਾ ਲੈ ਜਾਂਦਾ। ਅੱਲਾ ਸਲਾਮਤ ਰੱਖੇ ਚਾਚੀ ਨੂੰ, ਤੇ ਮੇਰੇ ਭੈਣ ਭਾਈ ਵੀ ਲਾਜ਼ਮੀ ਦੱਸਣ ਮੇਰੀ ਚਾਚੀ ਸੱਸ ਨੇ ਪਰਾਂਠੇ ਕਿੱਦਾਂ ਦੇ ਬਣਾਏ, ਪੀਜ਼ਾ ਜਾਨੀ ਕਿ ਕਿੱਦਾਂ ਦਾ ਬਣਾਇਆ, ਆਦਿਆ ਬੇਟੀ ਨੇ ਖਵਾਇਆ ਸੀ ਚਾਚੀ ਨੇ, ਆਹ ਦੇਖੋ ਇਹਦਾ ਨਹੀਂ ਉਤਰਿਆ ਬਿਲਕੁਲ ਵੀ, ਅੱਜ ਮਸਾਲਾ ਚਲਾਇਆ ਸੀ ਨਾ ਬਿਲਕੁਲ ਨਹੀਂ ਉਤਰਿਆ, ਚਲੇ ਦਾਲ ਕੱਦੂ ਸੀ ਰਾਤ ਦਾ ਤੇ ਵਿੱਚ ਆਂਡੇ ਪੈਂਟੇ ਤੇ ਮਸਾਲਾ ਮਸੂਲਾ ਬਣਾਇਆ। ਚਾਚੀ ਕਹਿੰਦੀ ਪੀਜ਼ਾ ਪਰਾਂਠਾ ਕਹੋ, ਸੁਣੇ ਪੀਜ਼ਾ ਪਰਾਂਠਾ ਜਾਨੀ ਕਿ ਚਾਚੀ ਬਣਾਉਂਦੇ ਆ, ਤੇ ਇੱਕ ਦਿਨ ਸਾਨੂੰ ਬਣਾ ਕੇ ਦੋਨਾਂ ਭੈਣਾਂ ਨੂੰ ਚੁਕਾ ਕੇ, ਦੋ ਦਿਨ ਦੇ ਮੇਰੇ ਬੱਚੇ ਕਹਿੰਦੇ ਅਸੀਂ ਵੀ ਖਾਣਾ, ਚਾਚੀ ਨੇ ਮਸਰਾਂ ਦਾ ਬਣਾਇਆ ਸੀ ਜਾਨੀ ਕਿ ਸਾਫ ਦੇ ਮਸਰ ਬਣੇ ਸੀ, ਤੇ ਚੰਦਾ ਤੇ ਹੁਣ ਆਪਣੇ ਭੈਣ ਭਾਈਆਂ ਨੂੰ ਖਾ ਕੇ ਦੱਸਦੀ ਆ ਵੀ ਜਿੰਨਾ ਦਾ ਬਣਿਆ। ਮੇਰਾ ਤਾਂ ਉਹਨਾਂ ਨੇ ਕੰਡੀ ਵਾਲਾ ਪਾਸ ਕਰ ਲਿਆ।
ਚਾਹ ਸਾਡਾ ਨਹੀਂ ਤਾਂ ਕੱਟਿਆ ਵਾ ਚਾਚੀ ਸ਼ੁਕਰੀਆ ਮਾਸ਼ਾਅੱਲਾ ਬਹੁਤ ਮਜ਼ੇਦਾਰ ਬਣਿਆ ਬਹੁਤ ਟੇਸਟੀ ਬਣਿਆ ਤਾਂ ਹੀ ਤੇ ਬੱਚੇ ਖੁਸ਼ ਹੋਏ ਉਦਣ ਤੇ ਬੱਚਿਆਂ ਦੀ ਦਾਦੀ ਇਹੀ ਸਾਡੇ ਘਰ ਆ ਕੇ ਬਣਾਉਂਦੇ ਪਰਾਂਠੇ ਤੇ ਬੱਚੇ ਖਾਂਦੇ ਕਰਮਾ ਕਰਮ ਬਹੁਤ ਮਜ਼ੇ ਦੇ ਵੱਡਿਆਂ ਦੇ ਬਜ਼ੁਰਗਾਂ ਦੇ ਸਾਡੇ ਘਰ 'ਚ ਵੀ ਬੜਾ ਜ਼ਿਆਦਾ ਟੇਸਟ ਹੁੰਦਾ ਤੇ ਬਹੁਤ ਪਸੰਦ ਹੈ ਬਹੁਤ ਮਜ਼ੇ ਦੇ ਦਾਦੀ ਕਿਸ ਤਰ੍ਹਾਂ ਮੈਂ ਖਾਧਾ ਟੇਸਟ ਬਹੁਤ ਅੱਛਾ ਮੇਰੇ ਭੈਣ ਭਾਈ ਵੀ ਦੱਸਣ ਕੈਸਾ ਬਣਿਆ ਮੇਰੇ ਭੈਣ ਭਾਈ ਨੇ ਵੀ ਕਦੀ ਇੱਦਾਂ ਦਾਲ ਬਚੀ ਆ ਕਿਤੇ ਬਣਾਇਆ ਤੇ ਬਾਕੀ ਵੀਡੀਓ ਦਾ ਪੀਸ ਲੈਣਾ ਹਾਂਜੀ ਪੀਸ ਕਰ ਲੈਣਾ ਹਾਂ ਜੋ ਬਚੀ ਬਾਕੀ ਵੀਡੀਓ ਦਾ ਜਿੱਥੇ ਕਰਦੀ ਹੈ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰ ਦਿਓ ਪਰਾਂਠਾ ਦੇਖ ਦੇ ਕੇ ਮੂੰਹ ਚ ਪਾਣੀ ਆਉਂਦਾ ਰਹਿ ਕੁਛ ਮੰਮਾ ਕੋਲ ਬੋਲ ਹੀ ਨਹੀਂ ਜਾਂਦਾ ਬਾਕੀ ਵੀਡੀਓ ਦਾ ਜਿੱਥੇ ਕਰਦੇ ਹੈ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਾਈ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰ ਦਿਓ ਦੁਆਵਾਂ ਚ ਆਪਣੇ ਭੈਣ ਯਾਦ ਰੱਖਿਓ ਮੇਰੀਆਂ ਦੁਆਵਾਂ ਮੇਰੇ ਭੈਣ ਭਾਈਆਂ ਦੇ ਨਾਲ ਅਮਰ ਦੇ ਨਾਲ 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 ਪੀਸ ਨਾਲ